ਮੈਂ ਦੇਖਿਆ ਹੈਗਾ ਇਸ ਜ਼ਿਲ੍ਹੇ ਦੇ ਵਿੱਚ ਕੁਝ ਕਾਫੀ ਪੁਰਾਣੀ ਕ੍ਰੌਪਸ ਪਈਆਂ ਹੈਗੀਆਂ 9 10 10 11 11 12 ਡਿਫਰੈਂਟ ਤਰ੍ਹਾਂ ਦੀ ਕ੍ਰੌਪਸ ਪਈਆਂ ਹੈਗੀਆਂ ਉਹਨਾਂ ਚੋਂ ਕਾਫੀ ਹੱਦ ਤੱਕ ਜਿਹੜੇ ਕਣਕ ਦੇ ਸਟਾਕਸ ਹੈਗੇ ਆ ਜਿਹੜੇ ਡੈਮੇਜ ਘੋਸ਼ਿਤ ਕੀਤੇ ਜਾ ਚੁੱਕੇ ਹਨ ਐਫਸੀਆਈ ਵੱਲੋਂ ਉਹਨਾਂ ਨੂੰ ਅਸੀਂ ਟੈਂਡਰਾਂ ਦੇ ਰਾਹੀਂ ਸੇਲ ਕਰ ਰਹੇ ਹੈਗੇ ਆ ਕੁਝ ਟੈਂਡਰ ਹੋ ਗਏ ਆ ਬਾਕੀ ਕੁਝ ਪ੍ਰੋਸੈਸ ਚੱਲ ਰਿਹਾ ਮੁੱਖ ਦਫ਼ਤਰ ਪੱਧਰ ਤੇ ਤੇ ਜਿੱਦਾਂ ਜਿੱਦਾਂ ਇਹ ਟੈਂਡਰ ਹੁੰਦੇ ਜਾਂਦੇ ਆ ਅਸੀਂ ਜਿਹੜੇ ਪਾਰਟੀਆਂ ਇਹਦਾ ਟੈਂਡਰ ਲੈਂਦੀਆਂ ਹੈਗੀਆਂ ਅਸੀਂ ਇਹਨਾਂ ਨੂੰ ਕਣਕ ਚੁਕਾ ਦਿੰਦੇ ਹੈਗੇ ਆ ਤੇ ਜਿਹੜੇ ਵੀ ਕੰਸਰਨਡ ਸੰਬੰਧਿਤ ਕਸੂਰਵਾਰ ਇਹਦੇ ਵਿੱਚ ਕਰਮਚਾਰੀ ਅਧਿਕਾਰੀ ਹੈਗੇ ਆ ਉਹਦੇ ਲਈ ਅਸੀਂ ਮਹਿਕਮੇ ਵੱਲੋਂ ਜੋ ਵੀ ਗਾਈਡਲਾਈਨਸ ਹੈਗੀਆਂ ਉਹਦੇ ਹਿਸਾਬ ਨਾਲ ਉਹਤੇ ਕਾਰਵਾਈ ਕਰਦੇ ਹੈਗੇ ਲੌਂਗਰ ਸਟੋਰੇਜ ਕਰਕੇ ਹੀ ਇਹ ਜ਼ਿਆਦਾ ਪ੍ਰੋਬਲਮਸ ਆਉਂਦੀਆਂ ਹੈਗੀਆਂ ਜਿਹੜੀ ਮੂਵਮੈਂਟ ਨਹੀਂ ਹੁੰਦੀ ਹੈਗੀ ਲੌਂਗਰ ਸਟੋਰੇਜ ਹੋ ਜਾਂਦੀ ਹੈ ਸਾਂਭ ਸੰਭਾਲ ਨਹੀਂ ਉਨੀ ਹੋ ਪਾਉਂਦੀ ਸ਼ੈਲਫ ਲਾਈਫ ਹੁੰਦੀ ਹੈ ਕਣਕ ਦੀ ਉਹਦੇ ਕਰਕੇ ਜ਼ਿਆਦਾ ਦਿੱਕਤਾਂ ਰਹਿੰਦੀਆਂ ਇਹਦੇ ਵਿੱਚ।